ਲੇਕਿਨ ਅੱਜ ਦੀ ਮਾਂ ਦੇ ਕੋਲੋਂ ਅਗਿਆਨ ਦੇ ਵਸ ਬੱਚੇ ਨੂੰ ਜ਼ਹਿਰ ਦਿੱਤੀ ਜਾ ਰਹੀ ਹੈ। ਅਗਿਆਨ ਦੇ ਕਾਰਨ ਉਹ ਕੀ ਹੈ? ਮੇਰੇ ਕੋਲ ਟਾਈਮ ਬੜਾ ਘੱਟ ਹੈ, ਇਸ ਪੱਖ 'ਚ ਬਹੁਤ ਕੁਛ ਕਹਿਣ ਵਾਲਾ ਕਿ ਗੁਰਦੁਆਰਿਆਂ 'ਚ ਤਾਂ ਫਿਰ ਜਿਹੜੀ ਲੜੀਵਾਰ ਕਥਾ ਚੱਲਦੀ ਹੈ ਜੀ, ਉਹ ਕਰਨਾ ਵੀ ਕਹਿਣਗੇ ਬਲਾਇਲ ਕਥਾ ਵਾਸਤੇ ਵੀ ਇਹ ਕੀ ਕਰਨਾ, ਪਰ ਜ਼ਰੂਰੀ ਹੈ ਇਹਨਾਂ ਗੱਲਾਂ। ਉਹ ਕੀ ਹੈ? ਜਿਹੜੇ ਵੀ ਬੱਚੇ ਨੇ ਜਨਮ ਲਿਆ, ਜਦੋਂ ਬੱਚਾ ਥੋੜੇ ਜਿਹੇ ਚਿਰ ਦਾ ਨਾ, ਜੇ ਦਿਨਾਂ ਦਾ ਹੈ ਜਾਂ ਮਹੀਨਿਆਂ ਦਾ ਹੈ, ਤੁਸੀਂ ਬੱਚੇ ਦੇ ਸਿਰ 'ਤੇ ਹੱਥ ਰੱਖ ਕੇ ਦੇਖਿਓ, ਇਹ ਇੰਨੀ ਕੁ ਜਗ੍ਹਾ ਜਿਹੜੀ ਹੈ ਉਹ ਨੀਵੀਂ ਮਿਲੂਗੀ, ਉਹਦੇ 'ਚ ਹੱਡੀ ਨਹੀਂ ਮਿਲੂਗੀ, ਉਹ ਟੋਆ ਜਿਹਾ ਹੋਊਗਾ ਛੋਟਾ ਜਿਹਾ ਐਂ ਪਿਆ, ਉਹਨੂੰ ਹੱਥ ਨਾਲ ਬੜੀ ਨਰਮ ਹੋਊਗੀ। ਧਿਆਨ ਨਾਲ ਦੇਖੋ, ਉਹ ਇਸ ਤਰ੍ਹਾਂ ਵਾਈਬਰੇਸ਼ਨ ਕਰਦੀ ਹੋਊਗੀ ਜਿਵੇਂ ਹੱਥ ਦੀ ਨਬਜ਼ ਚੱਲਦੀ ਹੈ। ਤੇ ਮਾਂ ਆਪਣੇ ਬੱਚੇ ਨੂੰ ਉੱਥੇ ਦੀ ਜਹਿਰ ਦੇ ਰਹੀ ਹੈ, ਉਸ ਥਾਂ ਉਹ ਕਿਵੇਂ ਦੇ ਰਹੀ ਹੈ? ਅੱਜ ਦੁਨੀਆਂ ਦਾ ਕੋਈ ਵੀ ਇਹੋ ਜਿਹਾ ਸ਼ੈਂਪੂ ਔਰ ਸਾਬਣ ਨਹੀਂ ਹੈ ਜਿਹਦੇ 'ਚ ਕੈਮੀਕਲ ਨਹੀਂ ਹੈ। ਉਹ ਮਾਵਾਂ ਤਾਂ ਜੰਮਣ ਤੋਂ ਹਟ ਗਈਆਂ ਜਿਹੜੀਆਂ ਬੱਚੇ ਨੂੰ ਦਹੀਂ ਨਾਲ ਨਹਾਉਂਦੀਆਂ ਸੀ, ਉਹ ਤਾਂ ਗਿਆ ਆਇਆ ਸਾਡੇ ਕੋਲ ਤੋਂ। ਜਿਹੜੇ ਬੱਚੇ ਦਹੀਂ ਨਾਲ ਨਹਾਉਂਦੇ ਰਹੇ ਕਈ ਸਾਲ ਤੱਕ, ਉਹਨਾਂ ਦੇ ਦਿਮਾਗ 'ਤੇ ਅੱਜ ਦੇ ਬੱਚਿਆਂ ਦੇ ਦਿਮਾਗ 'ਤੇ ਜਿਵੇਂ ਸੰਬੰਧ ਫਰਕ ਹੈ। ਹੁਣ ਅੱਜ ਦੀ ਮਾਂ ਦੇ ਕੋਲ ਇਹ ਬੇਵਸੇ ਜੀ, ਜੇ ਕਰੀਏ ਕਿ ਦਹੀਂ ਨਾਲ ਨਹਾਉਂਦੇ ਜੀ ਉਹਦੀ ਸਮੈਲ ਆਉਣ ਲੱਗ ਜਾਂਦੀ ਹੈ। ਠੀਕ ਹੈ, ਜੇ ਐਸਾ ਹੈ ਤਾਂ ਇੱਕ ਨਿੱਕਾ ਜਿਹਾ ਫਾਰਮੂਲਾ ਅੱਜ ਹੀ ਨੋਟ ਕਰ ਲਓ ਸਾਰੇ, ਜਾ ਕੇ ਕੱਲ੍ਹ ਤੋਂ ਲਾਗੂ ਕਰ ਲਓ। ਉਹ ਕੀ ਹੈ? ਦੋ ਚੀਜ਼ਾਂ ਲੈਣੀਆਂ, ਸਿਰਫ ਦੋ ਚੀਜ਼ਾਂ ਕੀ ਹੈ? ਇੱਕ ਤਾਂ ਐਲੋਵੇਰਾ, ਇੱਥੇ ਬਹੁਤ ਖੁੱਲ੍ਹਾ ਮਿਲ ਜਾਂਦਾ ਹੈ ਔਰ ਬੜਾ ਚੌੜੇ ਪੱਤੇ ਵਾਲਾ ਮਿਲ ਜਾਂਦਾ ਹੈ, ਐਡੇ ਐਡੀਆਂ ਬਾਂਗਾਂ ਨੂੰ ਉਸਦੀਆਂ। ਅਤੇ ਐਲੋਵੇਰਾ ਲਓ ਤੁਸੀਂ, ਵੱਧ ਜਿਹੜਾ ਬਣਾਉਣਾ ਹੋਵੇ, ਘੱਟ ਬਣਾਉਣਾ ਹੋਵੇ, ਮੈਂ ਤੁਹਾਨੂੰ ਰੇਸ਼ੋ ਦੱਸ ਦਿੰਦਾ। ਤੁਸੀਂ 100 ਗ੍ਰਾਮ ਉਹਦੀ ਜਲ ਕੱਢ ਲਓ ਅਤੇ 100 ਗ੍ਰਾਮ ਹੈ ਜਿਹੜਾ ਨਿੰਬੂ ਉਹਦੇ 'ਚ ਸਕਿੱਲ ਦੇ ਉੱਤੇ ਤੋੜ ਲਓ, ਜਿੰਨਾ ਜਿਲ ਹੈ ਉਨਾ ਨਿੰਬੂ ਲੈ ਲਓ। ਨਿੰਬੂ ਸਾਬਤ ਰੱਖਣਾ, ਜਿਲ ਜਿਹੜੀ ਹੈ ਉਹਦੇ ਫੋਕੜ ਉਹਦਾ ਛਿੜ ਦਿੱਤਾ, ਫਿਰ ਨਿੰਬੂ ਦੇ ਟੁਕੜੇ ਕਰ ਦਿਓ। ਨਿੰਬੂ ਅਤੇ ਦਿਲ ਦੋਨੇ ਤੁਸੀਂ ਮਿਕਸੀ 'ਚ ਪਾ ਕੇ ਉਹਨੂੰ ਐਨ ਗ੍ਰੈਂਡ ਕਰ ਦਿਓ, ਬਿਲਕੁਲ ਇੱਕ ਦੂਜੇ ਦਾ ਪਤਾ ਨਾ ਵੀ ਜਿਲ ਕਿਹੜੀ ਅਤੇ ਨਿੰਬੂ ਕਿਹੜਾ। ਉਹਨੂੰ ਫੜ ਕੇ ਚੰਗੀ ਤਰ੍ਹਾਂ ਨਿਚੋੜ ਲਓ, ਜਿਵੇਂ ਸਰਦਈ ਸ਼ਗਨ ਵਾਲੇ ਸਰਦਈ ਬਣਾਉਂਦੇ ਆ, ਉਹਦਾ ਸਰਦਈ ਦੇ ਨਾਂ 'ਤੇ ਕਈ ਕੁਛ ਹੋਰ ਵੀ ਹੋ ਜਾਂਦਾ, ਪਰ ਤੁਸੀਂ ਸਰਦਈ ਜਿਹੜੀ ਹੈ ਜਿਵੇਂ ਐਨ ਖਸਖਸ ਕੱਢਣੀ ਹੁੰਦੀ ਹੈ ਰਗੜ ਕੇ, ਪੂਰਾ ਨਿਚੋੜ ਲਓ। ਉਹ ਇੱਕ ਇਹੋ ਜਿਹਾ ਪੇਸਟ ਦੀ ਤਰ੍ਹਾਂ ਬਣ ਗਿਆ, ਉਹ ਇੱਕ ਇਹੋ ਜਿਹਾ ਲੋਸ਼ਨ ਬਣ ਗਿਆ, ਦੁਨੀਆਂ ਦੇ ਵਿੱਚ ਕੋਈ ਵੀ ਲੋਸ਼ਨ ਉਸਦਾ ਮੁਕਾਬਲਾ ਨਹੀਂ ਕਰ ਸਕਦਾ ਦੁਨੀਆਂ 'ਚ। ਤੁਸੀਂ ਬੱਚਿਆਂ ਦੇ ਫੁੱਲ ਬਾਡੀ 'ਤੇ ਲਾਓ, ਉਹਨੂੰ ਸਿਰ ਦੇ ਉੱਤੇ ਲਾਓ, ਉਹਨੂੰ ਪਿੰਡੇ 'ਤੇ ਲਾਓ, ਬੱਚੇ ਦੇ ਕਦੇ ਫਿਣਸੀ ਨਹੀਂ ਹੋਊਗੀ, ਬੱਚੇ ਦੇ ਕਦੇ ਖੁਰਕ ਨਹੀਂ ਹੋਊਗੀ, ਬੱਚੇ ਦੀ ਸਕਿੰਨ ਜਿਹੜੀ ਹੈ ਇਹ ਕਈ ਵਾਰੀ ਬੜੀ ਸਖਤ ਜਿਹੀ ਹੋ ਜਾਂਦੀ ਹੈ, ਉਹਦੇ 'ਤੇ ਖੁਰਕ ਹੁੰਦੀ ਰਹਿੰਦੀ ਹੈ, ਆਮ ਹੀ ਇੱਥੇ ਬੱਚਿਆਂ ਨੂੰ ਹੈ। ਅਤੇ ਇਹਦੇ ਨਾਲ ਜੇ ਹੋਈ ਵੀ ਆ ਉਹ ਵੀ ਹਟ ਜਾਊ, ਅਤੇ ਸਾਬਣ ਅਤੇ ਕੈਮੀਕਲ ਬਿਲਕੁਲ ਬੱਚਿਆਂ ਲਈ ਬੰਦ ਕਰ ਦਿਓ ਅਤੇ ਬੱਚੇ ਨੂੰ ਇਹਦੇ ਨਾਲ ਸਨਾਨ ਕਰੋ।